ਤਸਵੀਰਾਂ ਦੇ ਵਿੱਚ ਜਿਸ ਲੜਕੀ ਨੂੰ ਤੁਸੀਂ ਹਸਪਤਾਲ ਦੇ ਬੈੱਡ ਤੇ ਪਏ ਨੂੰ ਦੇਖ ਰਹੇ ਹੋ, ਦਰਅਸਲ ਇਹ ਉਹ ਪ੍ਰੇਮਿਕਾ ਜਿਸ ਨੂੰ ਪੁਲਿਸ ਮੁਲਾਜ਼ਮ ਪ੍ਰੇਮੀ ਦੇ ਨਾਲ ਪਿਆਰ ਦੀਆਂ ਪੀਂਘਾਂ ਝੂਟਣੀਆਂ ਇਸ ਕਦਰ ਮਹਿੰਗੀਆਂ ਪੈ ਗਈਆਂ ਕਿ ਪਹਿਲਾਂ ਤਾਂ ਇਸ ਨੇ ਆਪਣੀ ਇੱਜ਼ਤ ਗਵਾਈ ਤਾਂ ਫਿਰ ਹੁਣ ਕੁੱਟਮਾਰ ਦਾ ਸ਼ਿਕਾਰ ਵੀ ਹੋਈ। ਪ੍ਰੇਮੀ ਦੇ ਵੱਲੋਂ ਇਸ ਨੂੰ ਘਰੋਂ ਲਿਜਾ ਕੇ ਇਸ ਨਾਲ ਕੁੱਟਮਾਰ ਕੀਤੀ, ਕਿਉਂਕਿ ਪ੍ਰੇਮਿਕਾ ਇਸ ਨਾਲ ਵਿਆਹ ਕਰਵਾਉਣ ਦੀ ਜਿੱਦ ਕਰ ਰਹੀ ਸੀ, ਜਿਹਦੇ ਚੱਲਦੇ ਕਈ ਵਾਰ ਪੰਚਾਇਤਾਂ ਦੇ ਵਿੱਚ ਫੈਸਲਾ ਹੋਇਆ ਅਤੇ ਇਸ ਪ੍ਰੇਮੀ ਦੇ ਵੱਲੋਂ ਹਾਂ ਵੀ ਕੀਤੀ ਗਈ ਕਿ ਇਸ ਦੇ ਨਾਲ ਵਿਆਹ ਕਰਵਾਵੇਗਾ, ਕਿਉਂਕਿ ਇਸ ਨੇ ਵਿਆਹ ਤੋਂ ਪਹਿਲਾਂ ਹੀ ਲੜਕੀ ਦੇ ਨਾਲ ਸਰੀਰਕ ਸੰਬੰਧ ਬਣਾਏ ਹੋਏ ਸੀ। ਤਾਂ ਜਦੋਂ ਫੈਸਲਾ ਹੋਇਆ ਉਸ ਤੋਂ ਬਾਅਦ ਇਸ ਦਾ ਪ੍ਰੇਮੀ ਜੋ ਕਿ ਇੱਕ ਪੁਲਿਸ ਮੁਲਾਜ਼ਮ ਆ ਇਸ ਨੂੰ ਘਰੋਂ ਲੈ ਜਾਂਦਾ ਅਤੇ ਉਸ ਦੀ ਕੁੱਟਮਾਰ ਕਰਦਾ। ਪੀੜਤ ਲੜਕੀ ਦੀ ਭੈਣ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਦੀ ਕੁੱਟਮਾਰ ਇਸ ਦੀ ਪ੍ਰੇਮੀ ਦੇ ਵੱਲੋਂ ਕੀਤੀ ਗਈ ਆ, ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉਹ ਹਸਪਤਾਲ ਲੈ ਕੇ ਆਏ ਨੇ ਤੇ ਸਾਨੂੰ ਇਨਸਾਫ ਚਾਹੀਦਾ। ਇਹ ਸਾਨੂੰ ਨਹੀਂ ਪਤਾ, ਸਾਨੂੰ 6 ਮਹੀਨੇ ਹੈਗਾ, ਇਹਨੇ ਸਾਨੂੰ ਬੜਾ ਪਰੇਸ਼ਾਨ ਮੁੰਡਾ ਕਰਦਾ ਪਿਆ, ਕਦੀ ਧਮਕੀਆਂ ਦੇ ਦਿੰਦਾ, ਕਦੀ ਕੁੜੀ ਨੂੰ ਕਹਿੰਦਾ ਘਰ ਆ ਜਾ, ਕਦੀ ਕਹਿੰਦਾ ਮੈਂ ਛੱਡ ਦੇਣਾ, ਕਦੀ ਕਹਿੰਦਾ ਲੈ ਜਾਣਾ, ਸਾਨੂੰ ਕੁਛ ਨਹੀਂ ਪਤਾ ਸਵੇਰ ਦਾ ਲੈ ਕੇ ਗਿਆ ਕਿ ਰਾਤ ਲੈ ਕੇ ਗਿਆ। ਹੁਣ ਕੁੱਟ ਮਾਰ ਕੇ ਸੱਟ ਦਿੱਤਾ, ਉੱਥੇ ਸਾਨੂੰ ਫੋਨ ਆਇਆ ਸੀ, ਵਿਆਹ ਦੀ ਗੱਲ ਚੱਲਦੀ ਪਈ ਸੀ, ਇਹ ਸੀ ਮਨਪ੍ਰੀਤ ਨਾਲ ਹੀ, ਤੇ ਉਹਦੇ ਮਨਪ੍ਰੀਤ ਪੁਲਿਸ ਮੁਲਾਜ਼ਮ ਆ, ਤੇ ਉਹਨੇ ਕਿਹਾ ਸੀ ਮੈਂ ਵਿਆਹ ਕਰਾ ਲਾਂਗਾ, ਕੋਈ ਰਿਲੇਸ਼ਨ ਚ ਰਿਹਾ ਇਹਦੇ ਨਾਲ ਪਹਿਲਾਂ ਕੁੜੀ ਨਾਲ, ਕੁੜੀ ਨੂੰ ਆਪਦੇ ਘਰ ਵੀ 2-3 ਵਾਰੀ ਲੈ ਕੇ ਗਿਆ ਹੈ, ਸਾਨੂੰ ਨਹੀਂ ਪਤਾ, ਸਾਨੂੰ ਆ ਚੱਕਰ ਚੱਲਣ ਤੋਂ ਬਾਅਦ ਪਤਾ ਲੱਗਾ ਹੈ ਵੀ ਸਾਡੀ ਕੁੜੀ ਨੂੰ ਲੈ ਕੇ ਵੀ ਗਿਆ ਹੈ ਤੇ ਛੱਡ ਵੀ ਜਾਂਦਾ ਸੀ, ਤੇ ਬਾਅਦ ਚ ਹੁਣ ਮੁੱਕਰ ਗਿਆ ਹੈ ਤੇ ਕੱਲ ਲੈ ਗਿਆ ਨੇ, 2-3 ਦਿਨ ਹੋ ਗਿਆ, ਰਾਜ਼ੀਨਾਮਾ ਕੀਤਾ ਹੈ ਅਸੀਂ DSP ਦਫ਼ਤਰ, DSP ਦੇ ਵਿਆਹ ਕਰਾਉਣ ਤੋਂ ਇਹਨੇ ਕਿਹਾ ਵੀ ਮੈਂ ਵਿਆਹ ਕਰਾ ਲਾਂਗਾ ਤੇ ਰਾਜ਼ੀਨਾਮਾ ਲਿਖ ਦਿਓ, ਮੈਂ ਬਹਿ ਕੇ ਸਮਝੌਤਾ ਕਰ ਦਾਂਗਾ, ਤੇ ਹੁਣ ਉਹ ਪਤਾ ਨਹੀਂ ਲੈ ਗਿਆ, 2 ਦਿਨ ਹੋਏ ਰਾਜ਼ੀਨਾਮੇ ਨੂੰ, 3 ਦਿਨ ਤੇ ਹੁਣ ਲੈ ਗਿਆ ਕੁੱਟ ਮਾਰ ਕੇ, ਉਹਦੀ ਕਹਿੰਦੇ ਮੰਮੀ ਨੇ ਕਿ ਪਤਾ ਨਹੀਂ ਕੌਣ ਘਰ 'ਚ ਕਿੰਨੇ ਕਿੰਨੇ ਉੱਥੇ ਸੱਟ ਦਿੱਤਾ ਤੇ ਸਾਨੂੰ ਉੱਥੋਂ ਫੋਨ ਆਇਆ ਸੀ। ਹਾਂਜੀ, ਲੜਕੀ ਬੇਹੋਸ਼ ਹੈ, ਸਾਨੂੰ ਇਹਦਾ ਇਨਸਾਫ ਚਾਹੀਦਾ। ਉੱਥੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ, ਉਹਨਾਂ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਮਸਲਾ ਹੈ, ਕੀ ਮਸਲਾ ਸੀ ਤੇ ਕਿੱਥੋਂ ਦਾ ਮਸਲਾ? ਸਰ ਇਹ ਲੜਕੀ ਕੋਈ ਸਲਮਾ, ਸਾਨੂੰ ਇਨਫੋਰਮੇਸ਼ਨ ਦਿੱਤੀ ਜਮਾਂ ਦੋਸਤੋਂ ਕੇਸ ਹੈ ਤੇ ਅਸੀਂ ਉਹਨੂੰ ਦੌੜ ਗਏ ਹਾਂ ਤੇ ਉਹਨਾਂ ਨੇ ਕਿਹਾ ਵੀ ਰੈਫਰ ਕਰਤਾ ਫਿਰੋਜ਼ਪੁਰ ਹਸਪਤਾਲ ਦੇ ਵਿੱਚ। ਅਸੀਂ ਸਰ ਇੱਥੇ ਆਏ ਹਾਂ ਤੇ ਇੱਥੇ ਆ ਕੇ ਸਾਨੂੰ ਡਾਕਟਰ ਨੂੰ ਜਦੋਂ ਪੁੱਛਿਆ ਵੀ ਲੜਕੀ ਅਨਕੋਨਸ਼ੀਅਸ ਕਹਿੰਦੇ ਅਨਫਿਟ ਹੈ ਤੇ ਇਹਨੂੰ ਮੈਡੀਕਲ ਕਾਲਜ ਫਰੀਦਕੋਟ ਦਾ ਰੈਫਰ ਕਰਤਾ ਹੈ ਤੇ ਇੱਥੇ ਜੋ ਸਟੇਟਮੈਂਟ ਦੇਣਗੇ ਲੜਕੀ ਉਹ ਗੁਰਦਰ ਕਰ ਹੋਵੇ ਉਹਨਾਂ ਤੇ ਲੈ ਕੇ। ਖੈਰ, ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਜੇ ਕਾਨੂੰਨ ਦੇ ਰਖਵਾਲੇ ਹੀ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਲੱਗ ਜਾਣਗੇ ਤਾਂ ਲੋਕ ਇਨਸਾਫ ਲੈਣ ਲਈ ਕਿਸ ਦਾ ਦਰਵਾਜ਼ਾ ਖੜਕਾਉਣਗੇ। ਹੁਣ ਦੇਖਣਾ ਹੋਵੇਗਾ ਕਿ ਪ੍ਰੇਮਿਕਾ ਵੱਲੋਂ ਪ੍ਰੇਮੀ ਤੇ ਲਗਾਏ ਦੋਸ਼ ਕਿੰਨੇ ਕੁ ਸੱਚ ਨੇ, ਇਹ ਤਾਂ ਇੱਕ ਜਾਂਚ ਦਾ ਵਿਸ਼ਾ, ਪਰ ਵਿਆਹ ਕਰਾਉਣ ਤੋਂ ਮੁੱਕਰੇ ਪ੍ਰੇਮੀ ਨੂੰ ਪ੍ਰੇਮਿਕਾ ਕਦੋਂ ਤੱਕ ਗ੍ਰਿਫਤਾਰ ਕਰਾਉਂਦੀ ਆ, ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਹਕੀਕਤ TV ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ।